Subscribe to our YouTube channel News DNN by clicking the bell icon. Don't forget to like, comment and share. You are watching News DNN. For latest national and international news updates, log on to newsdnntv.com or download our application News DNN from Google Play Store. नकोदर के अशोक विहार में रहने वाले लोग सीवरेज के गंदे पानी की समस्या के कारण परेशान हैं। लोगों ने बताया कि हमारे इलाके में 2 से 2.5 महीने हो चुके हैं, परंतु सीवरेज के गंदे पानी के कारण हम नर्क भरी जिंदगी जीने के लिए मजबूर हैं। इस तरफ ना तो सीवरेज बोर्ड के अधिकारी ध्यान दे रहे हैं, वह ना ही नगर काउंसिल की अधिकारी। हमारे मोहल्ले में लोगों का आना जाना बहुत ही मुश्किल है और इस गंदगी भरे माहौल के कारण हमारा जीना मुश्किल हुआ है। वह कभी भी इस गंदगी के कारण बीमारी फैल सकती है। इस मौके समाज सेवक गौरव जैन ने उच्च अधिकारियों से मांग की है कि इस काम में जिसकी भी नलायकी है उस पर सख्त कार्रवाई की जाए। हां जी बहन जी, तुहाडा नाम? मेरा नाम बलजीत कौर। की गल बात हैगी? साडी गली नू 2 महीने हो गए पटे नू, ना इंदा कोई सही तरीके ना किसी तरह जांदी है। पानी बैक मारदा, पिछे देखो तुसी वॉशरूम नीचे पानी इना, बाथरूम दे विच किचन दे विच जांदा, बहुत ज्यादा स्मेल आंदी है कि रात नू सोना इना मुश्किल है। हुण तुसी देखो कि बच्चे आ नाल असी बाहर नहीं जा सकदे, स्मेल आंदी बहुत। असी खुद गली रोज साफ करदे आ, असी खुद अपनी गली दा लेवल बना के रोज गईयां नाल इथों अपने आप। ते तुसी नगर कौंसल दे प्रधान साहब नाल गल कीती कोई? ओ तो सानू पता ही लगदा कदों आके चले जांदे हैगे आ, तुसी कीती है? ओ अंकल हुणां ने। हां जी सर, तुहाडा नाम? डॉक्टर बलविंदर सिंह जी। सर की कहना चाहंदे हो तुसी? सर असी तो अपने वालों 3 महीने तो नरक भरी जिंदगी भोग रहे। ये 3 महीने तो नहीं, मेरा ख्याल 13-14 साल हो गए जदों तो पहला सीवरेज पिया जी। उदों तो इन्ना गंद जिहड़ा SDM कोर्ट का और बिजली बोर्ड का, साडे सारी गली दे विच दी नहर आउण चलदा सी और सारे नीवें घरां दे विचों गंदा पानी आउंदा रहा। हुण तक जे इन्हां नवां पाउण लगे तो उन्होंने उदों ज्यादा चंद चढ़ा दिता है। एक पहला हौदियां बना के उन्हां नूं 8-8, 10-10 थां तो बाहरों तुसीं तोड़ोगे, जिन्नी मर्जी मजबूत बना लो जी, ਉਹ ਬਿਲਕੁਲ ਖਿਲਰ ਗਈਆਂ ਆ। ਇਹ ਸੀਵਰੇਜ ਨੂੰ ਦਰੁਸਤ ਕੀਤਾ ਜਾਵੇ, ਫੇਰ ਨਵੇਂ ਕਨੈਕਸ਼ਨ ਕੀਤੇ ਜਾਣ। ਆ ਜਿਹੜੀਆਂ ਨਿਆਜ਼ ਹੌਦੀਆਂ ਬਣਾ ਰਹੀਆਂ ਇਹਨਾਂ ਨੇ, ਇਹਨਾਂ ਨੂੰ ਬੰਦ ਕੀਤਾ ਜਾਵੇ, ਫੇਰ ਸੜਕ ਬਣ ਜਾਵੇ। ਹਾਂਜੀ ਸਰ, ਤੁਹਾਡਾ ਨਾਮ? ਗੌਰਵ ਜੈਨ ਜੀ, ਮੈਂ ਸੋਸ਼ਲ ਵਰਕਰ ਨਗੋਦਰ ਤੋਂ। ਸਰ ਕੀ ਕਹਿਣਾ ਚਾਹੁੰਦੇ ਆ? ਦੇਖੋ ਤੁਸੀਂ ਆਪ ਅਸ਼ੋਕ ਵੈਲ ਕਲੋਨੀ ਵਾਰਡ ਨੰਬਰ 5 ਚ ਆ ਕੇ ਦੇਖਿਆ ਔਰ ਆਪਣੇ ਕੈਮਰੇ ਤੁਸੀਂ ਇਹ ਸਾਰੀ ਪਿਕਚਰ ਲੋਡ ਕੀਤੀ ਆ। ਮੈਨੂੰ ਇਹ ਦੱਸਦੇ ਬੜੀ ਹੈਰਾਨੀ ਹੋ ਰਹੀ ਆ ਕਿ ਇੱਕ ਤਕਰੀਬਨ 70 ਮੀਟਰ ਦਾ ਮੱਲਾ ਹੈ, 70 ਜਾਂ 100 ਮੀਟਰ ਦੇ ਏਰੀਆ ਚ ਮੱਲਾ ਹੋਊਗਾ, 2.5 ਮਹੀਨਿਆਂ ਤੋਂ ਇੱਥੇ ਸੀਵਰੇਜ 3 ਮਹੀਨਿਆਂ ਤੋਂ ਇੱਥੇ ਸੀਵਰੇਜ ਪੈਣ ਦਾ ਕੰਮ ਚੱਲ ਰਿਹਾ ਔਰ 3 ਮਹੀਨਿਆਂ ਦੇ ਵਿੱਚ ਮੱਲਾ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਿਹਾ। ਇਸ 70 ਮੀਟਰ ਦੇ ਏਰੀਆ ਚ ਘੱਟੋ ਘੱਟ 40 ਤੋਂ 45 ਹੌਦੀਆਂ ਜਿਹੜੀਆਂ ਨਜਾਇਜ਼ ਤੌਰ ਤੇ ਸੀਵਰੇਜ ਬੋਰਡ ਔਰ ਨਗਰ ਕੌਂਸਲ ਨੇ ਬਣਾਤੀਆਂ ਵਾ। ਇਸ ਸਬੰਧੀ ਮੱਲਾ ਨਿਵਾਸੀਆਂ ਵੱਲੋਂ SDM ਨਕੋਦਰ ਨੂੰ ਇੱਕ ਮੰਗ ਪੱਤਰ ਵੀ ਦਿੱਤਾ ਗਿਆ, ਜਿਸ ਨੂੰ ਦੇਖਦੇ ਹੋਏ ਅੱਜ ਮੌਕੇ ਤੇ ਐਕਸ਼ੀਅਨ ਜਿਹੜੇ ਸੀਵਰੇਜ ਬੋਰਡ ਆ ਉਹ ਵੀ ਆਏ ਸੀ, ਨਗਰ ਕੌਂਸਲ ਦੇ ਅਧਿਕਾਰੀ ਵੀ ਇੱਥੇ ਆਏ ਸੀਗੇ, ਪਰ ਉਹ ਆਸ਼ਵਾਸਨ ਦੇ ਗਏ ਜਲਦ ਤੋਂ ਜਲਦ ਜਿਹੜੀ ਹੌਦੀਆਂ ਨੂੰ ਘਟਾਵਾਂਗੇ ਔਰ ਇਹ ਮੱਲੇ ਦਾ ਸੀਵਰੇਜ ਜਿਹੜਾ ਬਹੁਤ ਜਲਦੀ ਹੀ ਪੂਰਾ ਕਰਕੇ ਤੇ ਸੜਕ ਬਣਾਈ ਜਾਊਗੀ। ਤੇ ਸਰ ਦੇਖਣ ਵਿੱਚ ਆ ਰਿਹਾ ਨਕੋਦਰ ਸ਼ਹਿਰ ਜਦੋਂ ਦਾ ਜਿਹੜਾ ਸੀਵਰੇਜ ਬੋਰਡ ਅਲੱਗ ਹੋਇਆ ਹੈਗਾ ਵਾ, ਉਦੋਂ ਤੋਂ ਜਿਹੜਾ ਨਕੋਦਰ ਦੇ ਵਿੱਚ ਕਾਫੀ ਸਮੱਸਿਆ ਹੈ ਸੀਵਰੇਜ ਦੀ ਆ ਰਹੀ, ਇਹਦਾ ਕੀ ਕਾਰਨ ਹੋ ਗਿਆ ਇੰਨਾ? ਦੇਖੋ ਸੀਵਰੇਜ ਬੋਰਡ ਕੋ ਜੇ ਪੁੱਛੀਏ, ਸੀਵਰੇਜ ਬੋਰਡ ਕਹਿੰਦੇ ਕਸੂਰ ਨਗਰ ਕੌਂਸਲ ਦਾ, ਨਗਰ ਕੌਂਸਲ ਨੂੰ ਪੁੱਛੀਓ ਕਹਿੰਦਾ ਕਸੂਰ ਸੀਵਰੇਜ ਬੋਰਡ ਦਾ, ਇਹਨਾਂ ਦਾ ਆਪਸੀ ਤਾਲਮੇਲ ਹੀ ਹੈ ਨਹੀਂ। ਸਭ ਤੋਂ ਵੱਡੀ ਮੇਜਰ ਜਿਹੜੀ ਗੱਲ ਆ, ਜਦੋਂ ਇਸ ਮੁੱਲੇ ਦੀ ਆਪਾਂ ਲਾ ਲਈਏ, ਵਿੱਚੇ ਸੀਵਰੇਜ ਬੋਰਡ ਕੰਮ ਕਰੀ ਜਾਂਦਾ, ਵਿੱਚੇ ਨਗਰ ਕੌਂਸਲ ਕੰਮ ਕਰੀ ਜਾਂਦਾ ਔਰ ਜਿਹੜੇ ਮੇਨ ਹਾਲ ਵੱਡੀਆਂ ਹੌਡੀਆਂ ਬਣਾਈਆਂ ਸੀਵਰੇਜ ਦੀਆਂ, ਪਹਿਲਾਂ ਉਹ ਬਣਾਤੀਆਂ ਗਈਆਂ, ਉਹ ਤੋਂ ਬਾਅਦ ਉਹਨੂੰ ਤੋੜ ਕੇ ਅੰਦਰੋਂ ਦੀ ਉੱਤੇ ਕਨੈਕਸ਼ਨ ਦੇ ਦਿੱਤੇ ਗਏ। ਯਾਨੀ ਕਿ ਏਡੀ ਵੱਡੀ ਨੈਗਲੀਜੈਂਸੀ ਇਹ ਸੀਵਰੇਜ ਬੋਰਡ ਨਗਰ ਕੌਂਸਲ ਦੋਨਾਂ ਦੀ ਆ, ਕਿਸੇ ਵੀ ਅਧਿਕਾਰੀ ਨੇ ਪਿਛਲੇ 3 ਮਹੀਨਿਆਂ ਤੋਂ ਆ ਕੇ ਇੱਥੇ ਨਹੀਂ ਦੇਖਿਆ। ਅੱਜ ਮੱਲਾ ਨਿਵਾਸੀਆਂ ਨੇ ਰੌਲਾ ਪਾਇਆ, ਮੱਲਾ ਨਿਵਾਸੀ ਮੇਰੇ ਕੋਲ ਆਏ, ਮੈਂ ਥੋੜਾ ਜ਼ੋਰ ਲਾਇਆ ਔਰ ਉਸ ਦੇ ਬਾਵਜੂਦ ਅੱਜ ਇਹ ਦੇਖਣ ਆਏ ਆ ਜਦੋਂ ਇਹਨਾਂ ਨੇ ਚੂੰਡੀ ਮਾਰੀ ਵੱਢੀ ਦਾ। ਤੇ ਸਰ ਹੁਣ ਤੁਸੀਂ ਕੀ ਮੰਗ ਕਰਦੇ ਆ? ਅਸੀਂ ਮੰਗ ਇਹ ਕਰਦੇ ਜਿਹੜੇ ਅਧਿਕਾਰੀ ਜਿਹੜੇ ਠੇਕੇਦਾਰ ਨੇ ਗਲਤ ਕੰਮ ਕੀਤਾ ਵਾ, ਚਾਹੇ ਉਹ ਨਗਰ ਕੌਂਸਲ ਦਾ ਚਾਹੇ ਉਹ ਸੀਵਰੇਜ ਬੋਰਡ ਦਾ, ਉਹਨਾਂ ਦੇ ਖਿਲਾਫ ਜੋ ਬਣਦੀ ਕਾਰਵਾਈ ਹੋਣੀ ਚਾਹੀਦੀ ਆ, ਉਹਨਾਂ ਦੀ ਪੇਮੈਂਟ ਸਟਾਪ ਕਰਨੀ ਚਾਹੀਦੀ ਆ ਔਰ ਮੱਲਾ ਨਿਵਾਸੀਆਂ ਨੂੰ ਇਹ ਜਿਹੜੀ ਇਹਨਾਂ ਨੇ ਗੁਨਾਹ ਕੀਤਾ ਵਾ ਇਸ ਗੱਲ ਦੀ ਜ਼ਰੂਰ ਠੇਕੇਦਾਰ ਨੂੰ ਸਜ਼ਾ ਦੇਣੀ ਚਾਹੀਦੀ ਆ। ਠੀਕ।